ਅਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਠਾਕ ਹੋ? ਅੱਜ ਆ ਜੀ ਸਾਡਾ ਵਾਢੀ ਦਾ ਪਹਿਲਾ ਦਿਨ। ਅੱਜ ਕਣਕ ਵੱਢੀ ਹੈ, ਘਟਾ ਪੈ ਜਾਂਦਾ ਵਾ ਮੂੰਹ ਦੇ ਵਿੱਚ ਵਾਢੀ ਕਰਦਿਆਂ। ਅੱਜ ਕਣਕ ਵੱਢੀ ਹੈ, ਪਹਿਲੇ ਦਿਨ ਤਕਰੀਬਨ ਬਾਰਿਸ਼ ਹੋਈ ਸੀ ਅਤੇ ਥੱਲੋਂ ਆਪਣਾ ਮੋਢੇ 'ਚ ਗਿੱਲੇ ਸੀ। ਉੱਦਾਂ ਕੋਈ ਵੱਢੀ ਜਾਂਦੀ ਹੈ, ਥੋੜ੍ਹੀ ਬਹੁਤੀ ਵੱਢੀ ਹੈ, ਲੇਕਿਨ ਇਹ ਆ ਵੀ 2-3 ਧੁੱਪਾਂ ਲੱਗੀਆਂ ਨਾ ਅਤੇ ਫਿਰ ਸਹੀ ਵੱਢੀ ਜਾਊਗੀ। ਅਸੀਂ ਥੋੜ੍ਹੀ ਜਿਹੀ ਵੱਢ ਕੇ ਵੇਖੀਏ ਵੀ ਵੱਢੀ ਜਾਂਦੀ ਕਿ ਨਹੀਂ। ਥੋੜ੍ਹੀ ਜਿਹੀ ਵੱਢੀ ਹੈ ਕਣਕ, ਇਹ ਵੀਘਾ ਪੂਰਾ, ਇਹਨੂੰ ਅੱਤ ਲਾਇਆ ਸੀ, ਇਹ ਸਾਰੀ ਵੱਢੀ ਹੈ। ਇਹ ਨਾਲ ਨਾਲ ਮਰੂਦ ਲੱਗੇ ਨੇ, ਇਹ ਵੀਘਾ। ਇੱਕ ਬੰਦਾ 4 ਦਿਨਾਂ 'ਚ ਵੀਘਾ ਵੱਢ ਹੀ ਜਾਊਗਾ, ਔਖਾ ਸੌਖਾ, ਕਿਉਂਕਿ ਅੱਜ ਕੱਲ੍ਹ ਦੇ ਬੰਦੇ ਵੀ ਬਸ ਨਾਂ ਦੇ ਬੰਦੇ ਨੇ, ਐਡੀ ਸੌਖੀ ਨਹੀਂ ਵੱਢੀ ਜਾਂਦੀ। ਇਹ ਜੀ ਤੰਬਾਕੂ, ਸਾਡਾ ਤੰਬਾਕੂ ਕਣਕ ਵੱਢ ਕੇ ਅਤੇ ਬਾਅਦ 'ਚ ਤੰਬਾਕੂ ਦਾ ਵੀ ਟਾਈਮ ਆ ਜਾਣਾ, ਤੰਬਾਕੂ ਨੂੰ ਵੀ ਫਿਰ ਵੱਢ ਕੇ ਸਾਂਭਣਾ ਪੈਣਾ। ਤੰਬਾਕੂ ਵੇਖ ਕੇ ਦੱਸਿਓ ਜਿਹੜੇ ਸ਼ੌਕੀਨ ਹੈ ਤੰਬਾਕੂ ਹੁੱਕੇ ਦੇ, ਤੰਬਾਕੂ ਚੰਗਾ। ਮਿਰਚਾਂ ਗੰਢੇ ਜਿਹੜੇ ਨੇ ਉਹ ਤੰਬਾਕੂ ਨੇ ਥੱਲੇ ਹੀ ਨੱਪੇ ਨੇ, ਉਹਨਾਂ ਨੂੰ ਅਜੇ ਸੁਰਤ ਕੋਈ ਨਹੀਂ ਆਉਂਦੀ। ਬਾਕੀ ਕਣਕ ਦਾ ਪਹਿਲਾ ਦਿਨ ਸੀ, ਕਣਕ ਥੋੜ੍ਹੀ ਜਿਹੀ ਵੱਢੀ ਹੈ, ਬਾਕੀ ਹੁਣ ਹੌਲੀ ਹੌਲੀ ਸਟਾਰਟ ਕਰਾਂਗੇ ਸਾਰੀ ਵੱਢਣੀ, ਹੱਥ ਨਾਲ ਹੀ ਵੱਢਣੀ ਹੈ। ਐਡੀ ਕਿਹੜਾ ਜ਼ਿਆਦਾ ਕਣਕ ਹੈ, ਥੋੜ੍ਹੀ ਜਿਹੀ ਕਣਕ ਹੈ। ਹੁਣ ਬਸ ਕੀਤੀ ਹੈ ਕਣਕ ਦੀ ਵਾਢੀ, ਕਿਉਂਕਿ ਨਾ ਜ਼ਿਆਦਾ ਸੁਬਹਾ ਸੁਬਹਾ ਤੁਰਦੀ ਹੈ ਵਾਢੀ, ਅਤੇ ਨਾ ਜ਼ਿਆਦਾ ਮਤਲਬ ਅਸਰ ਤੋਂ ਬਾਅਦ ਤੁਰਦੀ ਹੈ, ਕਿਉਂਕਿ ਹਜੇ ਨਾੜ ਇਹਦਾ ਗਿੱਲਾ, ਆਪਣਾ ਜ਼ਿਆਦਾ ਵਾਢੀ ਨਹੀਂ ਤੁਰਦੀ, ਜ਼ੋਰ ਲੈਂਦੀ ਹੈ ਦਾਤਰੀ ਨਾਲ, ਬੰਦੇ ਨੂੰ ਬੜੀ ਮੁਸ਼ਕਲ ਵੱਢਣੀ ਪੈਂਦੀ ਹੈ। ਫਿਰ ਧੁੱਪ ਜ਼ਿਆਦਾ ਲੱਗੀ ਹੋਏ ਨਾ, ਫਿਰ ਜ਼ਿਆਦਾ ਵਾਢੀ ਹੁੰਦੀ ਹੈ ਸਹੀ। ਹੁਣ ਬਸ ਕੀਤਾ, ਹੁਣ ਚਲੀਏ ਘਰ ਨੂੰ, ਸੁਬਹਾ ਫਿਰ ਵੇਖਾਂਗੇ ਅੱਲਾ ਦੇ ਹੁਕਮ ਨਾਲ। ਬਾਕੀ ਤੰਬਾਕੂ ਹੈ, ਤੰਬਾਕੂ ਹੈ ਗੰਢੇ ਵਿੱਚ, ਗੰਢੇ ਨੱਪੇ ਨੇ ਸਾਰੇ ਤੰਬਾਕੂ ਨੇ, ਅਤੇ ਤੰਬਾਕੂ ਗੰਢੇ ਕੀ ਹੋਣੇ, ਮਿਰਚਾਂ ਦਿਸਦੀਆਂ ਹੀ ਨਹੀਂ ਵਿੱਚ। ਤੰਬਾਕੂ ਵੱਢਿਆ ਜਾਏਗਾ ਫਿਰ ਆਪਣਾ ਦਿਸਣਗੀਆਂ ਮਿਰਚਾਂ ਮੁਰਚਾਂ। ਅਮਰੂਦ ਵੀ ਅੱਜ ਕੱਲ੍ਹ ਉਜੜੇ ਨੇ, ਆਮ ਹੀ ਨਹੀਂ ਛੱਡਦੀ ਅਮਰੂਦ। ਚਲੋ ਜਿਹਦਾ ਜਿਹਦਾ ਨਸੀਬ ਬਣੇ ਉਹਨੇ ਖਾਣੇ ਹੀ ਖਾਣੇ। ਪਰ ਸਾਨੂੰ ਕੋਈ ਨਹੀਂ ਲੱਭਦਾ, ਕਣਕਾਂ ਡਿੱਗੀਆਂ ਬੜੀਆਂ ਯਾਰ, ਬਾਰਿਸ਼ਾਂ ਹੋਈਆਂ ਸੀਗੀਆਂ, ਬਾਰਿਸ਼ਾਂ ਦੀ ਵਜ੍ਹਾ ਨਾਲ ਨਾ ਕਣਕਾਂ ਡਿੱਗੀਆਂ ਬੜੀਆਂ। ਕਈਆਂ ਦਾ ਤਾਂ ਬਹੁਤਾ ਹੀ ਬੁਰਾ ਹਾਲ ਆ, ਲੇਕਿਨ ਕਈਆਂ ਦਾ ਬਚਾਅ ਹੋ ਗਿਆ ਵਾ। ਕਿਤੋਂ ਕਿਤੋਂ ਬਹੁਤੀਆਂ ਡਿੱਗੀਆਂ, ਕਿਤੋਂ ਕਿਤੋਂ ਘੱਟ ਹੈ। ਸਾਡੀ ਵੀ ਡਿੱਗੀ ਹੈ, ਲੇਕਿਨ ਬਚਾਅ ਹੀ ਹੈ, ਥੋੜ੍ਹੀ ਥੋੜ੍ਹੀ ਡਿੱਗੀ ਹੈ, ਜ਼ਿਆਦਾ ਨਹੀਂ ਡਿੱਗੀ। ਹੁਣ ਚਲੀਏ ਘਰ ਨੂੰ। ਅੱਛਾ ਜੀ, ਅਤੇ ਚਲੋ ਵੀਡੀਓ ਕਰਨੇ ਆ ਹੁਣ ਐਂਡ।
ਬਾਕੀ ਜੇ ਸਾਡੇ ਵਰਗਾ ਕੋਈ ਚੈਨਲ ਬਣਾ ਹੀ ਲੈਂਦਾ ਤਾਂ ਲਾਈਕ ਅਤੇ ਸਬਸਕ੍ਰਾਈਬ ਚੈਨਲ ਕਰ ਦਿਆ ਕਰੋ। ਕਦੀ ਬੰਦਾ ਵੇਖਿਆ ਵੀ ਮੋਬਾਈਲ ਖਰਾਬ ਕਿਸੇ ਦਾ ਹੋ ਗਿਆ ਹੋਵੇ ਜਾਂ ਕੋਈ ਬਟਨ ਟੱਚ ਖਰਾਬ ਹੋ ਗਿਆ ਹੋਵੇ ਕਿਸੇ ਦਾ ਚੈਨਲ ਸਬਸਕ੍ਰਾਈਬ ਕੀਤਿਆਂ, ਅਤੇ ਇਸ ਤੋਂ ਸਬਸਕ੍ਰਾਈਬ ਕਰ ਦਿਆ ਕਰੋ, ਵੀਡੀਓ ਵੀ ਲਾਈਕ ਕਰ ਦਿਆ ਕਰੋ। ਬਾਕੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵਾਕਈ ਲਾਈਕ ਕਰ ਦਿਓ, ਐਵੇਂ ਵੇਖ ਕੇ ਅੱਗੇ ਨਾ ਚੱਲ ਜਾਇਆ ਕਰੋ। ਕੁਛ ਨਹੀਂ ਹੁੰਦਾ, ਪੈਸੇ ਨਹੀਂ ਲੱਗਦੇ, ਨਾ ਕੋਈ ਟੈਕਸ ਹੁੰਦਾ, ਬਸ ਨੈੱਟ ਪੈਕੇਜ ਤੁਸੀਂ ਲਾਇਆ ਹੁੰਦਾ ਤਾਂ ਚਲੋ ਜਾਂਦੇ ਜਾਂਦਿਆਂ ਇੱਕ ਟੱਚ ਮਾਰ ਦਿਆ ਕਰੋ ਲਾਈਕ ਅਤੇ ਸਬਸਕ੍ਰਾਈਬ 'ਤੇ, ਅਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਓਕੇ ਜੀ, ਫਿਰ ਠੀਕ ਹੋ ਗਿਆ, ਅੱਲਾ ਹਾਫਿਜ਼, ਦੁਆਵਾਂ 'ਚ ਯਾਦ ਰੱਖਿਓ, ਮਿਲਾਂਗੇ ਫਿਰ ਅਗਲੀ ਵੀਡੀਓ 'ਚ।